ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਜਲਾਲਾਬਾਦ ਦਾ ਦੌਰਾ ਕਰਦਿਆਂ ਪਿੰਡ ਘੁਬਾਇਆ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ। ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਭਾਜਪਾ ਵਰਕਰਾਂ ਵੱਲੋਂ ਪੰਜਾਬ ਪ੍ਰਧਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਭਾ ਨੂੰ ਸੰਬੋਧਨ ਕਰਦਿਆਂ ਭਾਜਪਾ ਪੰਜਾਬ ਪ੍ਰਧਾਨ ਨੇ ਜਿੱਥੇ ਆਮ ਆਦਮੀ ਪਾਰਟੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ, ਉੱਥੇ ਉਹਨਾਂ ਨੇ ਆਖਿਆ ਕਿ ਕੁਝ ਤਾਕਤਾਂ ਭਾਜਪਾ ਪ੍ਰਤੀ ਗਲਤ ਪ੍ਰਚਾਰ ਕਰ ਰਹੀਆਂ ਹਨ, ਜਦੋਂ ਕਿ ਪੰਜਾਬ ਤੇ ਪੰਜਾਬੀਅਤ ਦੇ ਹੱਕ ਵਿੱਚ ਜਿੰਨੇ ਕੰਮ ਭਾਰਤੀ ਜਨਤਾ ਪਾਰਟੀ ਅਤੇ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਜੀ ਨੇ ਕੀਤੇ ਹਨ, ਉਸ ਨੂੰ ਅੱਜ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਹੈ। ਉਹਨਾਂ ਨੇ ਇਸ ਮੌਕੇ ਫਿਰੋਜ਼ਪੁਰ ਤੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਬੀਜੇਪੀ ਦਾ ਖੇਤਰ ਵੱਲ ਪੰਜਾਬ ਚ ਵਧਿਆ, ਪਹਿਲਾਂ ਸਾਨੂੰ ਬੰਦਿਸ਼ਾਂ ਸੀ, ਗਠਬੰਧਨ ਦਾ ਧਰਮ ਨਿਭਾਓ, ਤੁਸੀਂ ਸ਼ਹਿਰ ਸਾਂਭੋ ਜੀ, 23 ਸੀਟਾਂ ਸਾਂਭੋ। ਅੱਜ ਉਹ ਬੰਧਨ ਟੁੱਟ ਚੁੱਕੇ ਨੇ। ਮੇਰੇ ਕੋਲ ਪੰਜਾਬ ਦਾ ਹਰ ਵਿਧਾਨ ਸਭਾ, ਹਰ ਪਿੰਡ, ਅੱਜ ਹਰ ਸ਼ਹਿਰ ਮੇਰੇ ਉਹਦੇ ਖੇਤਰਫਲ ਦਾ ਹਿੱਸਾ। ਉੱਥੇ ਸੰਗਠਨ ਨੂੰ ਮਜ਼ਬੂਤ ਕਰਨਾ, ਆਪਣੀ ਪਾਰਟੀ ਦੇ ਸੋਚ ਨੂੰ ਲੈ ਕੇ ਜਾਣਾ, ਵਿਚਾਰ ਲੋਕਾਂ ਨੂੰ ਦੱਸਣਾ। ਔਰ ਜਿਹੜਾ ਰਾਜਨੀਤਿਕ ਪਾਰਟੀਆਂ ਨੇ ਬੀਜੇਪੀ ਦੇ ਪ੍ਰਤੀ ਦੁਸ਼ਪ੍ਰਚਾਰ ਕੀਤਾ ਉਹਨੂੰ ਤੋੜਨਾ, ਕਿ ਪੰਜਾਬ ਦੀ ਅਗਰ ਹਤੇਸ਼ੀ ਹੋਈ ਆ ਗਿਆ ਤੇ ਮੋਦੀ ਸਰਕਾਰ, ਇਹ ਸਾਰੇ ਵਿਸ਼ੇ ਲੈ ਕੇ ਜਾਣ ਦਾ ਮੈਨੂੰ ਪੋਲੀਟੀਕਲ ਅਧਿਕਾਰ ਹੈ, ਪਰ ਉਹਦਾ ਮੈਂ ਪ੍ਰਯੋਗ 84 ਦੇ ਦੰਗਿਆਂ ਦੇ ਅੰਦਰ ਦਿੱਲੀ ਦੇ ਅੰਦਰ ਸ਼ਰੇਆਮ ਕਤਲੇਆਮ ਹੋਇਆ। ਉਹ ਜਿਨ੍ਹਾਂ ਨੇ ਕਤਲੇਆਮ ਕੀਤਾ ਉਹ ਜੇਲ੍ਹ ਤੱਕ ਜਾਣ, ਇਹਦੇ ਲਈ ਵੀ ਪੰਜਾਬੀਆਂ ਨੂੰ ਨਰਿੰਦਰ ਭਾਈ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦਾ ਇੰਤਜ਼ਾਰ ਕਰਨਾ ਪਿਆ। ਤੇ ਫਿਰ ਪੰਜਾਬ ਦਾ ਅਸਲੀ ਹਤੇਸ਼ੀ ਕੌਣ? ਕਾਲੇ ਦੌਰ ਦੇ ਅੰਦਰ ਜਿਹੜੇ ਬੱਚੇ ਇੱਥੋਂ ਘਰ ਛੱਡ ਕੇ ਚਲੇ ਗਏ, ਕਾਲੀ ਸੂਚੀ ਦੇ ਅੰਦਰ ਆ ਗਏ, ਕਾਲੀ ਸੂਚੀ ਸਮਾਪਤ ਕਰਨ ਦਾ ਕੰਮ ਕਿਨ ਕੀਤਾ? ਨਰਿੰਦਰ ਭਾਈ ਮੋਦੀ ਨੇ। ਗੁਰੂ ਧਾਮਾਂ ਦੇ ਅੰਦਰ ਉਹਨਾਂ ਦੀ ਕਿਤਨੀ ਸ਼ਰਧਾ ਹੈ ਕਿ ਲੰਗਰ ਤੋਂ GST ਸਮਾਪਤ ਕਰਨਾ, ਇਹ ਪੰਜਾਬ ਹਤੇਸ਼ੀ ਇਸੇ ਕਰਕੇ ਹੋਇਆ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।